ਬਹੁਤ ਬਹੁਤ ਕੰਗਰਾਚੂਲੇਸ਼ਨ ਦੇਣਾ ਚਾਹੁੰਦੀ ਆ ਮੈਂ ਤੇ ਆਪਾਂ ਜਲਦੀ ਤੋਂ ਜਲਦੀ ਤੁਹਾਨੂੰ ਮਿਲਣ ਵੀ ਆਵਾਂਗੇ ਤੇ ਬਹੁਤ ਜ਼ਿਆਦਾ ਜਿਹੜਾ ਵਾ ਬਹੁਤ ਵੇਟ ਸੀਗਾ ਇਸ ਪਲ ਦਾ ਕਿਉਂਕਿ ਸਾਰੇ ਜਦੋਂ ਵੀ ਆਪਾਂ ਕਿਤੇ ਜਾਂਦੇ ਸੀਗੇ ਸਾਰੇ ਪੁੱਛਦੇ ਸੀਗੇ ਪ੍ਰੀ ਦੀਦੀ ਘਰ ਕਦੋਂ ਬੇਬੀ ਹੁਣ ਆਪਣੇ ਦੀਦੀ ਘਰ ਤੁਹਾਨੂੰ ਵੀ ਕਿੰਨੇ ਕਮੈਂਟ ਆਉਂਦੇ ਸੀਗੇ ਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਦੇ ਕਿਊਟ ਜਿਹਾ ਬੇਬੀ ਬਿਲਕੁਲ ਜਿਹੜਾ ਬਹੁਤ ਹੀ ਕਿਊਟ ਆ ਕੱਲ ਮੈਂ ਪਿਕ ਦੇਖੀ ਉਹਦੀ ਤੇ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਵਾ ਤੇ ਸਿਮਰਤ ਦਾ ਤੇ ਗੁਰਮੀਹਰ ਦਾ ਜਿਹੜਾ ਬ੍ਰਦਰ ਆਇਆ ਵਾ ਛੋਟਾ ਛੋਟਾ ਜਿਹਾ ਤੇ ਬਹੁਤ ਜਲਦੀ ਜਲਦੀ ਮਤਲਬ ਕਿ ਇਹ ਖੁਸ਼ੀ ਸਾਰਿਆਂ ਨੂੰ ਪ੍ਰਾਪਤ ਹੋਵੇ ਬਾਬਾ ਜੀ ਸਾਰਿਆਂ ਦੀਆਂ ਝੋਲੀਆਂ ਭਰਨ ਤੇ ਇਦਾਂ ਹੀ ਖੁਸ਼ੀ ਜਿਹੜੀ ਪ੍ਰਾਪਤ ਹੋਵੇ ਭਾਵੇਂ ਦੀਦੀ ਨੂੰ ਇਹ ਖੁਸ਼ੀ ਜਿਹੜੀ ਆ ਔਰ ਲੇਟ ਮਿਲੀ ਆ ਵਾਈਗੁਰ ਜੀ ਦੀ ਕਿਰਪਾ ਨਾਲ ਭਰ ਦੀਦੀ ਜੀ ਨੇ ਬਹੁਤ ਜਿਆਦਾ ਪਾਠ ਪੂਜਾ ਕੀਤਾ ਤੇ ਬਹੁਤ ਦੁਆਵਾਂ ਤੋਂ ਬਾਅਦ ਜਿਹੜਾ ਵਾ ਇੰਨੀ ਸੋਹਣੀ ਖੁਸ਼ੀ ਜਿਹੜੀ ਆ ਉਹ ਦੀਦੇ ਘਰ ਆਈ ਆ ਤੇ ਅਸੀਂ ਚਾਹੁੰਦੇ ਆ ਕਿ ਤੁਸੀਂ ਇਦਾਂ ਹੀ ਬਸ ਹੱਸਦੇ ਵਸਦੇ ਰਹੋ ਤੇ ਇਦਾਂ ਹੀ ਬਸ ਆਪਣਾ ਘੜੀ ਤੋਂ ਘੜੀ ਤੁਹਾਡੇ ਘਰ ਖੁਸ਼ੀਆਂ ਹੁੰਦੀਆਂ ਰਹਿਣ ਤੇ ਤੁਹਾਡੀਆਂ ਵੀਡੀਓਜ਼ ਵੀ ਸਾਰਿਆਂ ਨੂੰ ਕਿੰਨੀਆਂ ਪਿਆਰੀਆਂ ਲੱਗਦੀਆਂ ਕਿੰਨੀਆਂ ਵਧੀਆ ਲੱਗਦੀਆਂ ਤੇ ਅਸੀਂ ਚਾਹੁੰਦੇ ਆ ਕਿ ਨੰਨਾ ਮੁੰਨਾ ਜਿਹੜਾ ਮਹਿਮਾਨ ਹੈ ਇਹਦੀ ਜਿਹੜੀ ਆ ਕਿਸਮਤ ਵੀ ਬਹੁਤ ਬਹੁਤ ਜ਼ਿਆਦਾ ਵਧੀਆ ਹੋਵੇ ਤੇ ਬਸ ਮੈਂ ਤੁਹਾਨੂੰ ਕੰਗ੍ਰੈਚੁਲੇਸ਼ਨ ਕਰਨ ਨੂੰ ਹੀ ਇਹ ਵੀਡੀਓ ਬਣਾ ਰਹੀ ਆ ਕਿ ਬਹੁਤ ਖੁਸ਼ੀ ਹੋਈ ਆ ਕੀ ਛੋਟਾ ਜਿਹਾ ਮਹਿਮਾਨ ਤੁਹਾਡੇ ਘਰ ਆਇਆ ਤੇ ਪੂਆਜੀ ਨੇ ਮਤਲਬ ਕਿ ਕੱਲ 4 ਨਵੰਬਰ ਨੂੰ ਜਿਹੜਾ ਵਾ ਆਈ ਥਿੰਕ 2 ਜਾਂ 3 ਵਜੇ ਦੇ ਟਾਈਮ ਨਾਲ ਜਿਹੜਾ ਵਾ ਬਰਥ ਲਿਆ ਬੇਬੀ ਨੇ ਤੇ ਨਾਮ ਪਤਾ ਨਹੀਂ ਹੁਣ ਕੀ ਰੱਖਦੇ ਆ ਕੀ ਨਹੀਂ ਪਰ ਸਾਨੂੰ ਇਹ ਜਾਣ ਕੇ ਹੀ ਬਹੁਤ ਖੁਸ਼ੀ ਹੋਈ ਆ ਕੀ ਪੂਆ ਪੂਆਜੀ ਨੂੰ ਵੀ ਹੁਣ ਕੀਤਾ ਬਹੁਤ ਖੁਸ਼ ਹੈਗੇ ਸਾਰੇ ਕਿ ਤੁਹਾਨੂੰ ਪਤਾ ਇੱਕ ਖੁਸ਼ੀ ਹੋਣੀ ਘਰ ਵਿੱਚ ਅਜੇ ਕਾਫੀ ਉਹਨਾਂ ਦਾ ਜਿਹੜਾ ਵਾ ਥੋੜਾ ਚਿਰ ਪਹਿਲਾਂ ਇਹ ਤੁਹਾਨੂੰ ਪਤਾ ਕਿ ਵਿੱਕੀ ਵੀਰਜੀ ਦੇ ਬ੍ਰਦਰ ਦੀ ਡੈਥ ਹੋਈ ਆ ਤੇ ਕਾਫੀ ਸੈਡ ਜਿਹਾ ਮਾਹੌਲ ਸੀ ਘਰ ਦੇ ਘਰ ਵਿੱਚ ਤੇ ਸਾਰੇ ਬਸ ਇਹੋ ਹੀ ਕਹਿੰਦੇ ਸੀ ਕਿ ਕੁਝ ਖੁਸ਼ੀਆਂ ਭਰਾਂ ਵੇਲਾ ਆਵੇ ਜਿਹੜਾ ਇਹਨਾਂ ਦੇ ਦੁੱਖ ਦਰਦ ਆ ਜਿਹੜੇ ਉਹ ਦੂਰ ਹੋ ਜਾਣ ਤੇ ਵਿੱਕੀ ਵੀਰਜੀ ਦੀ ਮਮ ਡੈਡ ਵੀ ਅੱਜ ਬਹੁਤ ਖੁਸ਼ ਹੋਣਗੇ ਕਿ ਹਾਂ ਉਹਨਾਂ ਦਾ ਪੁੱਤ ਜਿਹੜਾ ਵਾ ਇਹਦੇ ਰੂਪ ਇਹਦੇ ਰੂਪ ਵਿੱਚ ਹਾਨੂੰ ਵਾਪਸ ਮਿਲ ਗਿਆ ਬਹੁਤ ਵੱਡੀ ਖੁਸ਼ੀ ਦੀ ਗੱਲ ਹੁੰਦੀ ਆ ਕਿਉਂਕਿ ਤੁਹਾਨੂੰ ਪਤਾ ਇੱਕ ਜਵਾਨ ਪੁੱਤ ਚੱਲ ਜਾਣਾ ਤੇ ਹੁਣ ਜਿਹੜੀ ਨੰਨੀ ਜੀ ਖੁਸ਼ੀ ਆਈ ਐ ਇਹਨੇ ਸਾਰੇ ਗਮ ਜਿਹੜੇ ਇਹਨਾਂ ਦੇ ਭੁਲਾ ਦੇਣੇ ਚਲੋ ਇਦਾਂ ਦੀ ਗੱਲ ਭੁੱਲੀ ਦੇ ਨਹੀਂ ਜਾਂਦੀ ਪਰ ਕਵਰ ਜ਼ਰੂਰ ਹੋ ਜਾਂਦੀ ਹੈ ਟਾਈਮ ਦੇ ਨਾਲ ਤੇ ਅਸੀਂ ਚਾਹੁੰਦੇ ਹਾਂ ਕਿ ਹੁਣ ਇਹਨਾਂ ਦੇ ਜ਼ਿੰਦਗੀ ਵਿੱਚ ਕੋਈ ਦੁੱਖ ਨਾ ਆਵੇ ਬਸ ਸੁੱਖ ਹੀ ਸੁੱਖ ਖੁਸ਼ੀ ਖੁਸ਼ੀ ਰਹੇ ਤੇ ਬਹੁਤ ਖੁਸ਼ੀ ਹੋਈ ਇਹ ਜਾਣ ਕੇ ਤੇ ਅਗੇਨ ਮੈਂ ਤੁਹਾਨੂੰ ਸਾਰਿਆਂ ਨੂੰ ਕੰਗ੍ਰੈਚੂਲੇਟ ਕਰਦੀ ਆਂ ਦਾ ਪੰਜਾਬ ਵਾਲਿਆਂ ਨੂੰ ਤੇ ਸਾਡਾ ਪੰਜਾਬ ਵਾਲਿਆਂ ਨੂੰ ਕਿ ਤੁਹਾਡੇ ਘਰ ਮਾਮਾ ਮਾਮੀ ਵੀ ਬਣ ਗਏ ਕਰਨ ਛੋਟਾ ਜਿਹਾ ਬ੍ਰਦਰ ਆਇਆ ਵਾ ਕਰਨ ਦਾ ਤੇ ਗੁਰਮੇਹਰ ਦਾ ਵੀ ਤੇ ਅਗੇਨ ਕੰਗ੍ਰੈਚੁਲੇਸ਼ਨ ਬਾਕੀ ਬਾਏ ਬਾਏ ਜਦੋਂ ਅਸੀਂ ਦਾ ਪੰਜਾਬ ਸਾਡਾ ਪੰਜਾਬ ਨੂੰ ਮਿਲਣ ਜਾਵਾਂਗੇ ਫਿਰ ਮੈਂ ਵਲੌਗ ਲੈ ਕੇ ਆਵਾਂਗੀ ਤੇ ਓਕੇ ਜੀ ਬਾਏ ਜੀ